ਸਾਥੀਓ ਆਕਾਸ਼ਵਾਣੀ ਜੰਮੂ ਆ ਅਮੀਰ ਅੰਜਨ ਤੇ ਖਬਰ ਸੁਣੋ ਵਰ ਉਸ ਤੇ ਪਹਿਲਾਂ ਇੱਕ ਅਪੀਲ ਮੁਲਕ ਦਾ ਕਈ ਹਿੱਸਾ ਮਾ ਕੋਵਿਡ-19 ਦਾ ਮਾਮਲਾ ਮਾ ਤੇਜ਼ੀ ਨਾਲ ਵਾਧੋ ਹੋ ਤੋ ਜਾ ਰਿਹਾ ਹੈ ਇਸ ਵਾਸਤੇ ਮਾਰਾ ਸਾਮੀ ਨਾ ਮਾਰੀ ਅਪੀਲ ਹੈ ਜੇ ਵੀ ਕੋਵਿਡ ਜ਼ਾਫਤਾਂ ਵਰ ਅਮਲ ਕਰੇ ਔਰ 15 ਤੇ 18 ਬਰਾਂ ਦਾ ਬੱਚਾ ਸਮੇਤ ਦੂਜਾ ਲੋਕਾਂ ਦੀ ਟੀਕਾਕਾਰੀ ਮਾ ਮਦਦ ਕਰੇ ਇਸ ਵੇਲੇ ਕਰੋਨਾ ਦੀ ਨਵੀਂ ਕਿਸਮ ਓਮਿਕਰੋਨ ਨੇ ਮਜ਼ੀਦ ਫਿਕਰਮੰਦੀ ਵਧਾ ਦਿੱਤੀ ਹੈ ਇਸ ਵਾਸਤੇ ਇਨ ਇhtiyati ਚਾਰਾਂ ਵਰ ਅਮਲ ਕਰੋ ਜਿਨ ਮਾਸਕ ਲਾਣੋ ਸਮਾਜੀ ਛੰਡੋ ਬਰਕਰਾਰ ਰੱਖਣੋ ਤੇ ਸਫਾਈ ਕੋ ਖਾਸ ਖਿਆਲ ਰੱਖਣੋ ਸ਼ਾਮਲੇ ਕੋਵਿਡ ਮੁਤਲਕ ਕੋਈ ਵੀ ਸਲਾਹ ਇਨ ਟੈਲੀਫੋਨ ਨੰਬਰਾਂ ਵਰ ਫੋਨ ਕਰਕੇ ਹਾਸਲ ਕੀ ਜਾ ਸਕਿਆ ਨੰਬਰ ਹੈ 01123978046 ਤੇ 1075 ਤੇ ਹੁਣ ਖਬਰ ਲੈਫਟਨੈਂਟ ਗਵਰਨਰ ਮਨੋਜ ਸਿਨਾ ਨੇ ਕੱਲ ਮੰਡਲ ਇਲਾਕਾ ਮੈਂ ਇੱਕ ਸਕੂਲ ਦਾ ਸਾਲਾਨਾ ਤਿਹਾੜਾ ਦੀ ਤਕਰੀਬ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਪਰ ਉਹਨਾਂ ਨੇ ਸ਼੍ਰੀ ਹਰੀ ਰਾਮਦਾਸ ਜੀ ਮਹਾਰਾਜ ਦੀ ਇੱਕ ਕਿਤਾਬ ਕੋ ਰਸਮੀ ਇਜਰਾ ਅੰਜਾਮ ਦਿੱਤੋ ਪ੍ਰੋਗਰਾਮ ਦੇ ਦੌਰਾਨ ਐਲ ਜੀ ਮੌਸੂਫ ਨੇ ਮਤਵਾਜੀ تعلیم ਨਾਬਾਦ ਉਹ ਦੇਣ ਵਰ ਜ਼ੋਰ ਪਾਇਓ ਉਹਨਾਂ ਨੇ ਕਿਹਾ ਕਿ ਤਾਲਬ ਇਲਮਾਂ ਵਾਸਤੇ ਕਾਮਯਾਬੀ ਮਤਾ ਨੰਬਰ ਹਾਸਲ ਕਰਨ ਦੀ ਦੌੜ ਨਹੀਂ ਬਲਕਿ ਜ਼ਿੰਦਗੀ ਮਾ ਕਦਰ ਦੀ ਬੁਨਿਆਦ ਅਲੀ ਵਾਫਰ ਦੌਲਤ ਹਾਸਲ ਕਰਨੋ ਹੋਣਾ ਚਾਹੀਏ ਉਹਨਾਂ ਨੇ ਕਿਹਾ ਕਿ ਸਾਇੰਸ ਤੇ ਟੈਕਨੋਲੋਜੀ ਦਾ ਇਲਮ ਦੇ ਨਾਲ ਨਾਲ ਆਮਨਾ اخلاقی تعلیم ਵਰ ਵੀ ਤਵੱਜਾ ਮਰਕੂਜ਼ ਕਰਨੀ ਚਾਹੀਏ ਜਨਾਬ ਸੇਨਾ ਨੇ ਕਿਹਾ ਜੀ ਹਮ ਕੰਪਿਊਟਰ ਦਾ ਦੌਰ ਮਾ ਜੀ ਰਿਹਾ ਹਾਂ ਜਿਤ ਹਮ ਬਰਕਿਆਤੀ ਤਰੀਕਾ ਈ ਲਰਨਿੰਗ ਨਾਲ ਪੜ ਸਕਾਂ ਉਹਨਾਂ ਨੇ ਨੌਜਵਾਨਾਂ ਨੇ ਕਿਹਾ ਜਿਵੇਂ ਅਜ਼ੀਮ ਦੂਰ ਅੰਦੇਸ਼ ਪੰਡਤ ਮਦਨ ਮੋਹਨ ਮਾਲਵੀਆ ਜੈਸਾ ਲੋਕਾਂ ਦਾ ਖਿਆਲਾਤ ਵਰ ਅਮਲ ਕਰ ਗਏ ਮੁਲਖ ਨਾ ਬਿਹਤਰ ਬਣਾਣਾ ਲੈ ਪਾਸੇ ਕੰਮ ਕਰੇ ਇਸ ਤੇ ਪਹਿਲਾਂ ਐਲ ਜੀ ਮੌਸੂਫ ਨੇ ਬਸੰਤ ਪੰਚਮੀ ਦਾ ਮੌਕਾ ਵਰ ਇੱਕ ਮੰਦਰ ਮਾ ਹਾਜ਼ਰੀ ਦਿੱਤੀ ਚੀਫ ਸਕੱਟਰੀ ਡਾਕਟਰ ਅਰੁਣ ਕੁਮਾਰ ਮਹਿਤਾ ਨੇ ਕੱਲ ਜੰਮੂ ਕਸ਼ਮੀਰ ਦਾ ਤਮਾਮ ਸਰਕਾਰੀ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਕੋ ਅੰਦਾਜ਼ੋ ਲਾਣ ਵਾਲਾ ਪੋਰਟਲ ਈਪੀਐਮ ਸ਼ੁਰੂ ਕੀਓ ਉਹਨਾਂ ਨੇ ਥੋੜਾ ਜਿਹਾ ਵਕਤ ਦੇ ਅੰਦਰ ਇਹ ਪੋਰਟਲ ਤਿਆਰ ਕਰਨ ਵਾਲੀ ਟੀਮ ਦੀ ਸਤਾਇਸ਼ ਕੀਤੀ ਡਾਕਟਰ ਮਹਿਤਾ ਨੇ ਕਿਹਾ ਜੇ ਮਹਾਨਾ ਕਾਰਗੁਜ਼ਾਰੀ ਪਰਖਣ ਵਾਸਤੇ ਤਮਾਮ ਮੁਲਾਜ਼ਮਾਂ ਕੀ ਹੌਸਲਾ ਅਫਜ਼ਾਈ ਕੀਤੀ ਜਾਣੀ ਚਾਹੀਏ ਉਹਨਾਂ ਨੇ ਅਫਸਰਾਂ ਨੂੰ ਕਿਹਾ ਜੇ ਵੇ ਦਫ਼ਤਰ ਤੋਂ ਬਾਹਰ ਕੰਮ ਕਰਨ ਵਾਲਾ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਜਮ੍ਹਾਂ ਕਰਾਉਣ ਵਾਸਤੇ ਸਹੂਲਿਆਤ ਤਿਆਰ ਕਰਨੀ قابل ذکر ہے جی ملک ما اپنا قسم کو جو پہلو پورٹل ہے جت ملازماں ہر اگلا کیلنڈر مہینہ کی 7 تاریخ تک ماہانہ کارکردگی دسنیเวگی اس سلسلے ما اپنا سی پی ائی ایس نمبروں کو استعمال کر تو ما ملازم اپنی کارکردگی ظاہر کرے گا تے اس پورٹل کو پتہ ہے ای پی ایم ڈاٹ جے کے ڈاٹ جی او وی ڈاٹ ان واضح ہے جی اس ماہانہ رپورٹنگ نظام کی مدد نال مجھ ضروری جوابدہی تے خدمت ما اہلیت آنگی امید ہے ਚੀਫ ਸੈਕਟਰੀ ਡਾਕਟਰ ਅਰुण कुमार ਮਹਿਤਾ ਨੇ ਕੱਲ ਸਟੇਟ ਐਗਜ਼ੀਕਿਊਟਿਵ ਕਮੇਟੀ ਐਸ ای ਸੀ ਦੀ ਇੱਕ ਮੀਟਿੰਗ ਦੀ ਸਦਾਰਤ ਕੀਤੀ ਮੀਟਿੰਗ ਦਾ ਮਕਸਦ ਜੰਮੂ ਕਸ਼ਮੀਰ ਮਾ ਕੁਦਰਤੀ ਆਫਤਾਂ ਤੇ ਬਚਾਅ ਬਾਰੇ ਚਲਾਈ ਜਾ ਰਹੀ ਸਰਗਰਮੀਆਂ ਕੋ ਜਾਇਜ਼ੋ ਲੈਣੋ ਥੋ ਸਟੇਟ ਐਗਜ਼ੀਕਿਊਟਿਵ ਕਮੇਟੀ ਨੇ 77.50 ਕਰੋੜ ਰੁਪਈਆ ਦੀ ਬਰਫ਼ ਸਾਫ਼ ਕਰਨ ਵਾਲੀ ਜਦੀਦ ਮਸ਼ੀਨਰੀ ਦੀ ਖਰੀਦਾਰੀ ਨਾਂ ਮਨਜ਼ੂਰੀ ਦਿੱਤੀ ਜਿਸ ਮਾ ਬਰਫ਼ ਹਟਾਣ ਵਾਲੀ ਗੱਡੀ ਹਾਲਤ ਤੇ ਕੁਝ ਹੋਰ ਮਸ਼ੀਨ ਸ਼ਾਮਲ ਹੈ ਇਸ ਤੋਂ ਪਹਿਲਾਂ ਇਸ ਫਿਕਰਮੰਦੀ ਕੋ ਮੁਕਾਬਲੋ ਕਰਨ ਵਾਸਤੇ ਚੀਫ ਸੈਕਟਰੀ ਨੇ ਇੱਕ ਆਲਾ ਸਤੈ ਕਮੇਟੀ ਤਸ਼ਕੀਲ ਦੇਣ ਦਾ ਹੁਕਮ ਦਿੱਤੋ ਤਾਂ ਜੇ ਸਰਦੀਆਂ ਦੇ ਦੌਰਾਨ ਸੜਕਾਂ ਦਾ ਹੋਣ ਵਾਲਾ ਨੁਕਸਾਨ ਘੱਟ ਕੀਤਾ ਜਾ ਸਕੇ ਇਸ سلسلے ਵਿੱਚ ਕਮੇਟੀ ਨੇ ਜਦੀਦ ਮਸ਼ੀਨਰੀ ਖਰੀਦਣ ਕੋ ਮਸ਼ਵਰਾ ਦਿੱਤੋ ਉਨੀ ਬਰਾਤੇ ਤਲੇਗਾ ਖਿਡਾਰੀਆਂ ਆਲਾ ਆਈਸੀਸੀ ਆਲਮੀ ਕੱਪ ਕ੍ਰਿਕਟ ਮੁਕਾਬਲੇ ਮਾ ਭਾਰਤ ਨੇ ਇੰਗਲੈਂਡ ਨਾ ਹਰਾ ਦਿੱਤੋ ਹੈ ਇਸ ਸਿਲਸਲੇ ਮਾ ਟਾਸ ਯਤਨ ਤੇ ਬਾਅਦ ਪਹਿਲਾ ਬੱਲੇਬਾਜ਼ੀ ਕਰਤਮਾ ਇੰਗਲੈਂਡ ਨੇ 44.5 ਓਵਰਾਂ ਮਾ ਤਮਾਮ ਵਿਕਟਾਂ ਦਾ ਨੁਕਸਾਨ ਵਰ 199 ਦੌੜ ਬਣਾਈ ਮੁਕਾਬਲੇ ਮਾ ਭਾਰਤੀ ਖਿਲਾੜੀ ਰਾਜ ਬਾਵਾ ਨੇ ਪੰਜ ਵਿਕਟ ਹਾਸਲ ਕੀਂ ਕਬਲ ਜ਼ਿਕਰ ਜੀ ਇਸ ਤੋਂ ਪਹਿਲਾਂ ਭਾਰਤ ਨੇ 19 ਬਰਾਂ ਤੇ ਤਲੇਗਾ ਅੰਡਰ 19 ਆਲਮੀ ਮੁਕਾਬਲਾ ਮਾ 2000 2008 2012 ਤੇ 2018 ਮਾ ਕਾਮਯਾਬੀ ਹਾਸਲ ਕੀਤੀ ਥੀ मुल्क की टीकाकरण मुहिम का सिलसिला भारत ने कल एक सौ करोड़ कोविड उन्नीस टीकाकरारी को निशानों पार कर लियो इस बेला तक एक सौ करोड़ चाली लाख पचुंजा हज़ार टीका खुराक दी जा चुकी है वजारत सेहत ने दस है जाली लाख सतुंजा हजार से मती खुराक दी गई वजारत ने योगी दस्य है जीबी कारकुना अगली सौ कम करने आला और सठ बर से मती उम्र छियाली लख ठानवे हजार के मफराधन एहतियाती खुराक दी गई है इं जम्मू कश्मीर में पिछले चौबीस घंटे के दौरान उन्ताली हजार छ सौ छब्बीस ਕੋਵਿਡ ਟਿਕਾ ਖੁਰਾਕ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਜੰਮੂ ਕਸ਼ਮੀਰ ਮਾ ਦਿੱਤੀ ਜਾਣ ਵਾਲੇ ਟਿਕਾ ਖੁਰਾਕਾਂ ਦੀ ਕੁੱਲ ਗਿਣਤਰੀ 2 ਕਰੋੜ 7 ਲੱਖ 29911 ਹੋ ਗਈ। ਖਿਡਾਰੀ ਚੰਦਦੀਪ ਸਿੰਘ ਨੇ ਕੱਲ ਰਾਜ ਭਵਨ ਜੰਮੂ ਮਾ ਲੈਫਟੇਨੈਂਟ ਗਵਰਨਰ ਮੋਰਨ ਸਿਨਾ ਨਾਲ ਮੁਲਾਕਾਤ ਕੀਤੀ। ਲੈਫਟੇਨੈਂਟ ਗਵਰਨਰ ਨੇ ਚੰਦਦੀਪ ਸਿੰਘ ਨਾ ਮੁਬਾਰਕਬਾਦ ਪੇਸ਼ ਕੀਤੀ ਜਿ ਉਹਨਾਂ ਨੇ ਇਸਤਨ ਬਲ ਤੁਰਕੀ ਮਾ 11 ਤੇ 12 ਦਸੰਬਰ 2021 ਨਾ ਮੁਕਾਕਤ ਹੋਣ ਵਾਲਾ ਟਾਈ ਕਮਾਂਡੋ ਮੁਕਾਬਲਾ ਮਾ ਸਿਲਵਰ ਮੈਡਲ ਜਿੱਤ ਕੇ ਜੰਮੂ ਕਸ਼ਮੀਰ ਗੋਨਾ ਰੋਸ਼ਨ ਕੀਓ। लेफ्टिनेंट गवर्नर सलाहकार फारूक खान ने जम्मू कश्मीर का खिलाड़ी आरफ खान ना आती बेजिंग सरमाई खेडा का सिलसिला नेख्वाशाह पेश की इस जिम्मे में मुबारकबाद पेश करता सलाहकार मौसूफ ने कह पूरा जम्मू कश्मीर वास्ते यो लमाए फखरिया है आरफ आर्फ इफ्ताही तकरीबा भारतीय खिलाड़ियों की क्यादत कर रहे